ਫਰਵਰੀ ਦੇ ਮਹੀਨੇ ਦਾ ਜਿੱਥੇ ਕਿ ਆਗਾਜ਼ ਹੋ ਚੁੱਕਿਆ ਹੈ ਅਤੇ ਫਰਵਰੀ ਦੇ ਮਹੀਨੇ 'ਚ ਆਉਂਦਾ ਵੈਲੰਟਾਈਨ ਦਾ ਦਿਹਾੜਾ ਅਤੇ ਹਰ ਵਰਗ ਦੇ ਪ੍ਰੇਮੀ ਜੋੜੇ ਇਸ ਨੂੰ ਆਪੋ ਆਪਣੇ ਢੰਗ ਨਾਲ ਮਨਾਉਂਦੇ ਨੇ। ਹਰ ਇੱਕ ਨੂੰ ਚਾਹ ਹੁੰਦਾ ਕਿ ਇਸ ਦਿਨ ਨੂੰ ਅਸੀਂ ਯਾਦਗਾਰ ਬਣਾਈਏ। ਇਹ ਦੇਖਣ ਦੇ ਵਿੱਚ ਇੱਕ ਬੁੱਕ ਹੀ ਹੈ, ਲੇਕਿਨ ਇਹ ਜੇ ਮੈਂ ਬੁੱਕ ਖੋਲਾਂਗਾ ਤਾਂ ਡੈਫੀਨੇਟਲੀ ਤੁਹਾਡੇ ਚਿਹਰੇ ਦੇ ਵੀ ਇੱਕ ਸਮਾਈਲ ਆਏਗੀ। ਉਹੀ ਸਮਾਈਲ ਜਿਹਨੂੰ ਅਸੀਂ ਇਹ ਗਿਫਟ ਕਰਾਂਗੇ ਉਹਦੇ ਚਿਹਰੇ 'ਤੇ ਵੀ ਆਉਣੀ ਚਾਹੀਦੀ ਹੈ, ਕਿ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਇਹਦੇ ਵਿੱਚ ਕੋਈ ਵੀ ਆਪਣੀ ਮਨਪਸੰਦ ਦੀਆਂ ਚੀਜ਼ਾਂ ਤੁਸੀਂ ਆਪਣੀਆਂ ਰੱਖ ਕੇ ਉਹਦਾ ਇੱਕ ਗਿਫਟ ਹੈਂਪਰ ਬਣਾ ਸਕਦੇ ਹੋ। ਕਾਫੀ ਐਕਸਾਈਟਮੈਂਟ ਹੈ, ਇਹ ਵੀਕ ਤਾਂ ਸਭ ਦਾ ਫੇਵਰੇਟ ਵੀਕ ਹੁੰਦਾ ਹੈ। ਮੈਂ ਯਹਾਂ ਆਈ ਹੂੰ ਸ਼ੋਪਿੰਗ ਕੇ ਲਈ, ਯਹਾਂ ਪੇ ਬਹੁਤ ਬਿਊਟੀਫੁਲ ਟੈਡੀ ਬੀਅਰਡਸ ਹੈ, ਕਾਫੀ ਅਲੱਗ ਅਲੱਗ ਸ਼ੇਪਸ ਕੇ ਯਹਾਂ ਪੇ ਟੈਡੀ ਬੀਅਰਡਸ ਹੈ, ਜੋ ਕਿ ਮੁਝੇ ਬਹੁਤ ਅੱਛੇ ਲੱਗੇ। ਇਹ ਸਮਾਲ ਸਾਈਜ਼ ਟੈਡੀ ਬੀਅਰ ਬਹੁਤ ਕਿਊਟ ਹੈ, ਸੋਫਟ ਵੀ ਹੈ। ਤੁਸੀਂ ਟੈਡੀ ਕਹਿ ਲਓ, ਮਿਊਜ਼ੀਕਲ ਆਈਟਮ ਕਹਿ ਲਓ, ਕਾਰਡਸ ਕਹਿ ਲਓ, ਚੋਕਲੇਟਸ ਕਹਿ ਲਓ, ਰੋਜ਼ਿਸ ਕਹਿ ਲਓ, ਹਰ ਇੱਕ ਦੇ ਵਿੱਚ ਤੁਹਾਨੂੰ ਜਿਹੜੀ ਇੱਕ ਚੀਜ਼ 10-15 ਡਿਜ਼ਾਈਨ ਜਿਹੜੇ ਨੇ ਉਹ ਨਵੇਂ ਜਿਹੜੇ ਇੰਟਰੋਡਿਊਸ ਹੋਏ ਮਿਲਣਗੇ ਹੀ ਮਿਲਣ। ਫਰਵਰੀ ਦੇ ਮਹੀਨੇ ਦਾ ਜਿੱਥੇ ਕਿ ਆਗਾਜ਼ ਹੋ ਚੁੱਕਿਆ ਹੈ ਅਤੇ ਫਰਵਰੀ ਦੇ ਮਹੀਨੇ 'ਚ ਆਉਂਦਾ ਵੈਲੰਟਾਈਨ ਦਾ ਦਿਹਾੜਾ, ਅਤੇ ਇਸ ਦਿਨ 7 ਦਿਨ ਪਹਿਲਾਂ ਹੀ ਕਹਿ ਸਕਦੇ ਹਾਂ ਕਿ ਵੈਲੰਟਾਈਨ ਵੀਕ ਦੀ ਜੋ ਸ਼ੁਰੂਆਤ ਹੈ ਉਹ ਹੋ ਜਾਂਦੀ ਹੈ। ਔਰ ਹਰ ਵਰਗ ਦੇ ਪ੍ਰੇਮੀ ਜੋੜੇ ਇਸ ਨੂੰ ਆਪੋ ਆਪਣੇ ਢੰਗ ਨਾਲ ਮਨਾਉਂਦੇ ਨੇ। ਹਰ ਇੱਕ ਨੂੰ ਚਾਹ ਹੁੰਦਾ ਕਿ ਇਸ ਦਿਨ ਨੂੰ ਅਸੀਂ ਯਾਦਗਾਰ ਬਣਾਈਏ ਔਰ ਇਸ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ, ਮਾਰਕੀਟਾਂ ਦੇ ਵਿੱਚ ਜੋ ਖਾਸ ਗਿਫਟਸ ਨੇ ਉਹ ਵੀ ਆ ਜਾਂਦੇ ਨੇ, ਔਰ ਹਰ ਇੱਕ ਨੂੰ ਉਤਸੁਕਤਾ ਰਹਿੰਦੀ ਹੈ ਕਿ ਅੱਜ ਕਿਹੜਾ ਦਿਨ ਹੈ ਔਰ ਉਸ ਸੰਬੰਧਿਤ ਦਿਨ ਦੇ ਮੁਤਾਬਿਕ, ਚਾਹੇ ਉਹ ਚੋਕਲੇਟ ਡੇ ਹੈ, ਟੈਡੀ ਡੇ ਹੈ ਜਾਂ ਰੋਜ਼ ਡੇ ਹੈ, ਤਾਂ ਉਸ ਦੇ ਮੁਤਾਬਿਕ ਹੀ ਦੁਕਾਨਦਾਰਾਂ ਦੇ ਵੱਲੋਂ ਵੀ ਜੋ ਖਾਸ ਜੋ ਗਿਫਟ ਆਈਟਮਸ ਨੇ ਉਹ ਮਾਰਕੀਟ ਦੇ ਵਿੱਚ ਲਿਆਉਂਦੇ ਜਾਂਦੇ ਨੇ ਕਿ ਤਾਂ ਜੋ ਪ੍ਰੇਮੀ ਜੋੜੇ ਆਉਣ, ਖਰੀਦਦਾਰੀ ਕਰਨ ਅਤੇ ਆਪਣੇ ਇਸ ਦਿਨ ਨੂੰ ਯਾਦਗਾਰ ਬਣਾਉਣ। ਤਾਂ ਅੰਮ੍ਰਿਤਸਰ ਦੇ ਇੱਕ ਨਿੱਜੀ ਦੁਕਾਨ ਵਿਖੇ ਆ ਪਹੁੰਚੇ ਹਾਂ, ਜਿੱਥੇ ਕਿ ਮੇਰੇ ਸੱਜੇ ਖੱਬੇ ਤੁਸੀਂ ਦੇਖ ਸਕਦੇ ਹੋ ਕਿ ਵੈਲੰਟਾਈਨ ਨੂੰ ਲੈ ਕੇ ਵੱਖ ਵੱਖ ਜੋ ਗਿਫਟ ਨੇ ਉਹ ਸਜੇ ਪਏ ਨੇ, ਔਰ ਲੋਕ ਵੀ ਇੱਥੇ ਖਰੀਦਦਾਰੀ ਦੇ ਲਈ ਪਹੁੰਚ ਰਹੇ ਨੇ। ਸਾਡੇ ਨਾਲ ਵਿਕਰੇਤਾ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ, ਜਾਣ ਲੈਂਦੇ ਹਾਂ ਕਿ ਕੀ ਇਸ ਵਾਰ ਖਾਸ ਆਇਆ। ਹਰ ਸਾਲ ਇਸ ਦਿਨ ਨੂੰ ਲੈ ਕੇ ਲੋਕਾਂ 'ਚ ਬੜੀ ਵੱਖਰੀ ਉਤਸੁਕਤਾ ਦੇਖਣ ਨੂੰ ਮਿਲਦੀ ਹੈ, ਇਸ ਵਾਰ ਕੀ ਖਾਸ ਲੈ ਕੇ ਆਇਆ? ਬਿਲਕੁਲ ਜੀ, ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਵੀ ਦੇਖੋ ਹਰ ਸਾਲ ਜਿਹੜੇ ਨੇ ਜੋੜੇ ਵੀ ਆ ਉਹ ਨਵੇਂ ਬਣਦੇ ਨੇ, ਕਿ ਵੀ ਨਵੇਂ ਬਣੇ ਅੱਗੋਂ ਵਿਆਹ ਹੋ ਗਏ, ਅਤੇ ਸਾਡੀ ਜਿਹੜੀ ਕੋਸ਼ਿਸ਼ ਰਹਿੰਦੀ ਹੈ ਕਿ ਵੀ ਅਸੀਂ ਸਾਰੇ ਜਿਹੜੇ ਵਰਗ ਨੇ ਉਹਨਾਂ ਦਾ ਖਿਆਲ ਰੱਖੀਏ, ਵੀ ਜਿਹੜੇ ਦੇ ਵਿਆਹ ਹੋਣ ਵਾਲੇ ਆ ਉਹਨਾਂ ਵਾਸਤੇ ਗਿਫਟਿੰਗ ਅਲੱਗ ਹੈ, ਇੱਕ ਪੋਕਿਟ ਫਰੈਂਡਲੀ ਹੈ, ਅਤੇ ਜਿਹਨਾਂ ਦੇ ਵਿਆਹ ਹੋ ਚੁੱਕੇ ਆ ਉਹਨਾਂ ਦੀ ਜਿਹੜੀ ਗਿਫਟਿੰਗ ਆ ਉਹ ਡਿਫਰੈਂਟ ਆ, ਕਿ ਕਈਆਂ ਦੇ ਵੈਲੰਟਾਈਨ ਜਿਹੜਾ ਉਹ ਪਹਿਲੀ ਵਾਰੀ ਆਉਂਦਾ ਵਾ, ਅਤੇ ਉਸ ਤਰੀਕੇ ਨਾਲ ਗਿਫਟਿੰਗ ਹੈ। ਗਿਫਟਿੰਗ ਦੇਖੋ, ਗਿਫਟ ਦੀ ਕੋਈ ਵੈਲਿਊ ਨਹੀਂ ਹੁੰਦੀ, ਉਹ ਸਿਰਫ ਡਿਪੈਂਡ ਕਰਦਾ ਵੀ ਤੁਹਾਨੂੰ ਕੀ ਚੀਜ਼ ਪਸੰਦ ਆ ਜਾਂਦੀ ਹੈ। ਅਤੇ ਅਸੀਂ ਆਪਣੀ ਦੁਕਾਨ ਦੇ ਉੱਤੇ 100 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਦੀ ਗਿਫਟਿੰਗ ਜਿਹੜੀ ਉਸ ਤਰੀਕੇ ਨਾਲ ਉਹਦੇ ਹੈਂਪਰਸ ਬਣਾਏ ਹੋਏ ਨੇ, ਕਿ ਕੋਈ ਵੀ ਆਵੇ ਤਾਂ ਉਹਨੂੰ ਇਹ ਲੱਗੇ ਕਿ ਵੀ ਹਾਂ ਉਹ ਆਪਣੀ ਪੋਕਿਟ ਦੇ ਅਕੋਰਡਿੰਗਲੀ ਉਹ ਗਿਫਟ ਕਰਕੇ ਅਤੇ ਆਪਣੀ ਗਰਲਫ੍ਰੈਂਡ ਨੂੰ ਜਾਂ ਆਪਣੀ ਸਿਸਟਰ ਨੂੰ ਜਾਂ ਆਪਣੀ ਮਦਰ ਨੂੰ ਜਾਂ ਆਪਣੀ ਵਾਈਫ ਨੂੰ ਵੈਲੰਟਾਈਨ ਡੇ ਦੇ ਕਿਸੇ ਵੀ ਡੇ ਦੇ ਉੱਤੇ ਖੁਸ਼ ਕਰ ਸਕਦੇ। ਕਹਿ ਸਕਦੇ ਹਾਂ ਕਿ ਵੈਸਟਰਨ ਕਲਚਰ ਹੁਣ ਦੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੋਇਆ ਵਿਖਾਈ ਦਿੰਦਾ, ਕਿ ਲੱਗਦਾ ਕਿ ਹੁਣ ਪ੍ਰੈਜੈਂਟ ਟਾਈਮ ਦੇ ਵਿੱਚ ਵੈਲੰਟਾਈਨ ਦਾ ਜੋ ਟ੍ਰੈਂਡ ਹੈ ਇਹ ਲੋਕਾਂ ਵਿੱਚ ਵੱਧਦਾ ਵਿਖਾਈ ਦਿੰਦਾ, ਇਸ ਨੂੰ ਲੈ ਕੇ ਕੀ ਰੁਝਾਨ ਲੋਕਾਂ ਦੇ? ਦੇਖੋ, ਜਦੋਂ ਕੋਈ ਚੀਜ਼ ਪੋਜ਼ਿਟਿਵ ਹੁੰਦੀ ਹੈ ਨਾ ਤਾਂ ਉਹ ਅਡੈਪਟ ਕਰ ਲੈਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਵੀ ਕੋਈ ਚੀਜ਼ ਵੈਸਟਰਨ ਤੋਂ ਆਈ ਹੈ ਅਤੇ ਉਹ ਜਿਹੜੀ ਹੈ ਉਹ ਸਾਡੇ ਵਾਸਤੇ ਠੀਕ ਨਹੀਂ ਹੋਏਗੀ। ਜਦੋਂ ਤੱਕ ਤਾਂ ਇਹ ਸਿਰਫ ਪ੍ਰੇਮੀ ਜੋੜਿਆਂ ਤੱਕ ਜੋੜਿਆ ਜਾਂਦਾ ਸੀ ਉਦੋਂ ਤੱਕ ਸ਼ਾਇਦ ਹੋ ਸਕਦਾ ਕਿ ਇਹਦੀ ਵੈਲਿਊ ਉਨੀ ਨਹੀਂ ਸੀ, ਕਿਉਂਕਿ ਇਹ ਹੁਣ ਜਿਹੜਾ ਵੀ ਪੂਰੀ ਫੈਮਲੀ ਦੇ ਵਿੱਚ ਮਨਾਇਆ ਜਾਂਦਾ, ਬੱਚੇ ਵੀ ਜਿਹੜੇ ਨੇ ਅੱਜ ਮੇਰੇ ਬੱਚੇ ਨੇ ਉਹ ਵੀ ਮੈਨੂੰ ਕਹਿੰਦੇ ਪਾਪਾ ਅੱਜ ਰੋਜ਼ ਡੇ ਆ ਤਾਂ ਮੇਰੇ ਲਈ ਰੋਜ਼ ਲੈ ਕੇ ਆਉਣਾ, ਅੱਜ ਚੋਕਲੇਟ ਹੈ ਤਾਂ ਚੋਕਲੇਟ ਲੈ ਕੇ ਆਉਣਾ। ਤਾਂ ਇਹ ਕੋਈ ਹੁਣ ਉਹ ਨਹੀਂ ਰਹਿ ਗਿਆ ਕਿ ਪ੍ਰੇਮੀ ਜੋੜਿਆਂ ਦਾ ਹੀ ਹੈ, ਠੀਕ ਹੈ ਉਹ ਉਹਨੂੰ ਉਸ ਤਰੀਕੇ ਨਾਲ ਪਹਿਲਾਂ ਜੋੜਿਆ ਜਾਂਦਾ ਸੀ, ਪਰ ਜਦੋਂ ਤੱਕ ਇਹ ਫੈਮਲੀ ਅਫੇਅਰ ਹੋ ਗਿਆ ਨਾ ਉਦੋਂ ਤੋਂ ਹਰ ਕਿਸੇ ਬੰਦੇ ਨੇ ਉਸਨੂੰ ਅਡੈਪਟ ਕਰ ਲਿਆ। ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕੀਤਾ ਇਹ ਰੋਜ਼ ਡੇ ਦਾ, ਤਾਂ ਹਫ਼ਤਾ ਪਹਿਲਾਂ ਹੀ ਪ੍ਰੇਮੀ ਜੋੜੇ ਇਸ ਨੂੰ ਲੈ ਕੇ ਤਿਆਰੀਆਂ ਬੰਨ ਲੈਂਦੇ ਨੇ, ਬਾਜ਼ਾਰਾਂ ਦੇ ਵਿੱਚ ਵੀ ਵੱਖ ਵੱਖ ਦੁਕਾਨਾਂ 'ਤੇ ਲੋਕ ਪਹੁੰਚਦੇ ਨੇ, ਵੱਖ ਵੱਖ ਚੀਜ਼ਾਂ ਦੀ ਖਰੀਦਦਾਰੀ ਕਰਦੇ ਨੇ। ਇਸ ਸੰਬੰਧਿਤ ਜੋ ਦਿਨ ਨੇ ਇਹ ਕਿਹੜੇ ਕਿਹੜੇ ਹੁੰਦੇ ਨੇ, ਉਸ ਨੂੰ ਲੈ ਕੇ ਤੁਹਾਡੇ ਦੁਕਾਨ 'ਤੇ ਕੀ ਕੀ ਖਾਸ ਇਸ ਵਾਰ? ਦੇਖੋ, ਜਿਹੜੇ ਡੇਜ਼ ਨੇ ਉਹਨੂੰ ਇਸ ਤਰੀਕੇ ਨਾਲ ਡਿਵਾਈਡ ਕੀਤਾ ਗਿਆ ਕਿ ਵੀ ਸਭ ਨਾਲ ਪਹਿਲੇ ਆ ਜਾਂਦਾ ਰੋਜ਼ ਡੇ, ਉਸ ਦਿਨ ਅਸੀਂ ਰੋਜ਼ ਦੇ ਕੇ ਜਿਹੜਾ ਵਾ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ, ਫਿਰ ਆ ਜਾਂਦਾ ਪ੍ਰਪੋਜ਼ ਡੇ, ਫਿਰ ਉਸ ਤੋਂ ਬਾਅਦ ਆ ਜਾਂਦਾ ਚੋਕਲੇਟ ਡੇ, ਫਿਰ ਆ ਜਾਂਦਾ ਟੈਡੀ ਡੇ, ਫਿਰ ਉਸ ਤੋਂ ਬਾਅਦ ਆ ਜਾਂਦਾ ਕਿਸ ਡੇ,
ਫਿਰ ਵੈਲੈਂਟਾਈਨ ਡੇ ਅਤੇ ਇਸੇ ਤਰੀਕੇ ਨਾਲ ਜਿਹੜੇ ਡੇਜ਼ ਨੇ ਇਹ 7 ਡੇਜ਼ ਦੇ ਵਿੱਚ ਡਿਵਾਈਡ ਕੀਤੇ ਗਏ ਨੇ ਸੋ ਦੈਟ ਜਿਹਦੀ ਜਿਸ ਤਰੀਕੇ ਨਾਲ ਉਹਦਾ ਰਿਲੇਸ਼ਨ ਹੈ ਉਹ ਜ਼ਰੂਰੀ ਨਹੀਂ ਕਿ ਉਹ 7 ਦੇ 7 ਦਿਨ ਹੀ ਮਨਾਏ, ਉਹਨੂੰ ਜਿਹੜਾ ਦਿਨ ਕੰਫਰਟੇਬਲ ਲੱਗਦਾ ਉਹਨੂੰ ਉਸੇ ਤਰੀਕੇ ਨਾਲ ਮਨਾ ਸਕਦਾ, ਕਿਉਂਕਿ ਕਈ ਲੋਕ ਸੋਚਦੇ ਸੀ ਯਾਰ ਵੈਲੈਂਟਾਈਨ ਡੇ ਸਿਰਫ ਸ਼ਾਇਦ ਮੇਰੀ ਕੋਈ ਫਰੈਂਡ ਹੋਏਗੀ ਅਤੇ ਮੈਂ ਉਹਦੇ ਨਾਲ ਹੀ ਮਨਾ ਸਕਦਾ, ਅਤੇ ਇਹਨੂੰ ਉਸ ਤਰੀਕੇ ਨਾਲ ਕਰ ਲਿਆ ਗਿਆ ਵੀ ਜੇ ਤੁਹਾਡੀ ਫੈਮਿਲੀ ਦੇ ਕੁਛ ਵੀ ਹੈ ਤੁਸੀਂ ਰੋਜ਼ ਦੇ ਕੇ ਚੋਕਲੇਟ ਦੇ ਕੇ ਉਸ ਚੀਜ਼ ਦਾ ਇਜ਼ਹਾਰ ਕਰ ਸਕਦੇ ਹੋ, ਅਤੇ ਇਸ ਕਰਕੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਇੱਕ ਫੈਮਿਲੀ ਜਿਹੜੀ ਹੈ ਸਾਡੇ ਕੋਲ ਆ ਕੇ ਸ਼ੋਪਿੰਗ ਕਰਦੀ ਹੈ, ਅਸੀਂ ਆਪਣੇ ਵੱਲੋਂ ਪੂਰੀ ਗਿਫਟ ਦੀ ਰੇਂਜ ਜਿਹੜੀ ਤਿਆਰ ਕਰਕੇ ਰੱਖੀ ਹੈ ਹਰ ਏਜ ਗਰੁੱਪ ਵਾਸਤੇ, ਕੋਈ ਸਾਡਾ ਕੋਈ ਪਰਟੀਕੁਲਰ ਟਾਰਗੇਟ ਜਿਹੜਾ ਯੰਗਸਟਰ ਨਹੀਂ ਹੈਗੇ, ਸਾਰੀ ਏਜ ਗਰੁੱਪ ਨੂੰ ਅਸੀਂ ਜਿਹੜਾ ਟਾਰਗੇਟ ਕਰਦੇ ਹਾਂ। ਵੈਲੈਂਟਾਈਨ ਵੀਕ ਦੀ, ਵੈਲੈਂਟਾਈਨ ਡੇ ਦੀ ਅਸੀਂ ਗੱਲ ਕਰ ਰਹੇ ਹਾਂ, ਪਰ ਇੱਕ ਕਿਤਾਬ ਨੂੰ ਮੈਂ ਚੀਜ਼ ਤੁਸੀਂ ਹੱਥ ਪੜ੍ਹੀ, ਇਸ ਬਾਰੇ ਦੱਸ ਦਿਓ ਕਿ ਕੀ ਇਸ ਵਿੱਚ ਖਾਸ ਹੈ ਔਰ ਕਿਉਂ ਇਸ ਨੂੰ ਹੱਥ ਵਿੱਚ ਪੜ੍ਹੀ। ਇਹ ਖਾਸ ਕਰਕੇ ਅਸੀਂ ਮੈਂ ਕਿਉਂ ਹੱਥ ਦੇ ਵਿੱਚ ਪੜ੍ਹੀ ਹੈ ਕਿ ਵੀ ਅਸੀਂ ਇਹ ਕਹਿੰਦੇ ਹਾਂ ਕਿ ਦੇਖਣ ਦੇ ਵਿੱਚ ਇੱਕ ਬੁੱਕ ਹੀ ਹੈ, ਲੇਕਿਨ ਇਹ ਜੇ ਮੈਂ ਬੁੱਕ ਖੋਲਾਂਗਾ ਤਾਂ ਡੈਫੀਨੇਟਲੀ ਤੁਹਾਡੇ ਚਿਹਰੇ ਦੇ ਵੀ ਇੱਕ ਸਮਾਈਲ ਆਏਗੀ, ਉਹੀ ਸਮਾਈਲ ਜਿਹਨੂੰ ਅਸੀਂ ਇਹ ਗਿਫਟ ਕਰਾਂਗੇ ਉਹਦੇ ਚਿਹਰੇ 'ਤੇ ਵੀ ਆਉਣੀ ਚਾਹੀਦੀ ਹੈ, ਕਿ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਇਹਦੇ ਵਿੱਚ ਕੋਈ ਵੀ ਆਪਣੀ ਮਨਪਸੰਦ ਦੀਆਂ ਚੀਜ਼ਾਂ ਤੁਸੀਂ ਆਪਣੀਆਂ ਰੱਖ ਕੇ ਉਹਦਾ ਇੱਕ ਗਿਫਟ ਹੈਂਪਰ ਬਣਾ ਸਕਦੇ ਹੋ, ਇਹ ਭਾਵੇਂ ਤੁਸੀਂ ਬੋਇਜ਼ ਵਾਸਤੇ ਬਣਾ ਲਓ, ਗਰਲਜ਼ ਵਾਸਤੇ ਬਣਾ ਦਿਓ, ਫਾਦਰ ਵਾਸਤੇ ਬਣਾ ਲਓ, ਅਤੇ ਇਹ ਜਿਹੜੀ ਚੀਜ਼ ਹੈਗੀ ਹੈ ਅਸੀਂ ਆਪਣੀ ਦੁਕਾਨ ਦੇ ਉੱਤੇ ਪੇਸ਼ ਕੀਤੀ ਹੈ, ਅਤੇ ਜਿਹੜੇ ਵੀ ਇਹਦੇ ਚਾਹਵਾਨ ਨੇ ਉਹ ਸਾਡੇ ਕੋਲ ਲਾਰੈਂਸ ਰੋਡ ਤੋਂ ਅਤੇ ਆਰਚਿਸ ਗੈਲਰੀ 'ਤੇ ਆ ਸਕਦੇ ਨੇ ਅਤੇ ਆ ਕੇ ਅਤੇ ਜਿੰਨੇ ਵੀ ਇੱਥੇ ਦੇ ਗਿਫਟ ਲੱਗੇ ਨੇ ਉਹਦੇ 'ਚ ਕੋਈ ਵੀ ਗਿਫਟ ਆਪਣਾ ਲੈ ਸਕਦੇ। ਬੜਾ ਹੀ ਸੋਹਣਾ ਜਿਹਾ ਗਿਫਟ ਹੈ, ਤੁਸੀਂ ਦੇਖ ਸਕਦੇ ਹੋ ਕਿ ਦੇਖਣ 'ਚ ਇੱਕ ਕਿਤਾਬ ਨੂੰ ਚੀਜ਼ ਲੱਗਦੀ ਹੈ ਔਰ ਦੂਰੋਂ ਜੇ ਕੋਈ ਬੰਦਾ ਦੇਖੇ ਤਾਂ ਉਸਨੂੰ ਕਿਤਾਬ ਹੀ ਲੱਗੇਗੀ, ਬਟ ਜਦੋਂ ਅਸੀਂ ਇਸ ਨੂੰ ਓਪਨ ਕਰਦੇ ਹਾਂ, ਜਦੋਂ ਅਸੀਂ ਇਸ ਨੂੰ ਖੋਲਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਵਿੱਚ ਇੱਕ ਬਾਬੀ ਡੋਲ ਹੈ, ਇੱਕ ਡਿਓਡਰੈਂਟ ਪਿਆ ਹੋਇਆ ਔਰ ਇੱਕ ਕਹਿ ਸਕਦੇ ਹਾਂ ਕਿ ਗਿਫਟ ਆਈਟਮ ਦੇ ਵਿੱਚ ਇਸ ਨੂੰ ਜੋ ਹੈ ਪੂਰੀ ਇਸ ਦੀ ਰੂਪਰੇਖਾ ਬਦਲ ਦਿੱਤੀ ਗਈ ਹੈ, ਤਾਂ ਇਹ ਇਸ ਵਾਰ ਜੋ 2024 ਦਾ ਵੈਲੈਂਟਾਈਨ ਹੈ ਉਸ ਨੂੰ ਲੈ ਕੇ ਇੱਕ ਚੀਜ਼ ਜੋ ਹੈ ਮਾਰਕੀਟ ਦੇ ਵਿੱਚ ਖਿੱਚ ਦਾ ਕੇਂਦਰ ਵੀ ਬਣੀ ਹੋਈ ਹੈ ਔਰ ਆਪਣੇ ਆਪ ਦੇ ਵਿੱਚ ਕਹਿ ਸਕਦੇ ਹਾਂ ਕਿ ਆਕਰਸ਼ਣ ਵੀ ਆ, ਜਿਸ ਨੂੰ ਕਿ ਲੋਕ ਵੀ ਇੱਥੇ ਖਰੀਦਦਾਰੀ ਦੇ ਲਈ ਪਹੁੰਚ ਰਹੇ ਨੇ। ਉਸ ਅਕਸਰ ਹੀ ਗੱਲ ਕਰੀਏ ਤਾਂ ਜਿਹੜੀ ਟੈਡੀਜ਼ ਨੂੰ ਲੈ ਕੇ ਜਾਂ ਹੋਰ ਸੋਫਟਵੇਅਰ ਲੈ ਕੇ ਉਹਦੇ ਵਿੱਚ ਕੀ ਰੇਂਜਿਸ ਆਈਆਂ ਨੇ ਔਰ ਲੋਕਾਂ ਦਾ ਕੀ ਰੁਝਾਨ ਰਹਿੰਦਾ, ਲੋਕ ਪਬਲਿਕ ਕੀ ਡਿਮਾਂਡ ਕਰਦੀ ਇਸ ਵਾਰ ਵੈਲੈਂਟਾਈਨ? ਦੇਖੋ ਵੈਲੈਂਟਾਈਨ ਤੋਂ ਉੱਤੇ ਹਮੇਸ਼ਾ ਹਰ ਕਿਸੇ ਨੂੰ ਇਹ ਹੁੰਦਾ ਹੈ ਕਿ ਵੀ ਕੋਈ ਵੀ ਚੀਜ਼ ਜਿਹੜੀ ਉਹ ਰਿਪੀਟ ਨਾ ਕੀਤੀ ਜਾਵੇ, ਕਿ ਵੀ ਜੇ ਮੈਂ ਪਿਛਲੇ ਸਾਲ ਕਿਸੇ ਨੂੰ ਕੁਝ ਦਿੱਤਾ ਸੀ, ਕਿ ਕਈ ਲੋਕ ਇਹੋ ਜਿਹੇ ਨੇ ਜਿਹੜੇ ਕਈ ਸਾਲ ਰਿਲੇਸ਼ਨ 'ਚ ਰਹਿੰਦੇ ਨੇ, ਕਿ ਵੀ ਉਹਨਾਂ ਨੇ ਹੁੰਦਾ ਯਾਰ ਪਿਛਲੀ ਵਾਰੀ ਮੈਂ ਗਿਫਟ ਦਿੱਤਾ ਸੀ ਹੁਣ ਡਿਫਰੈਂਟ, ਅਤੇ ਅਸੀਂ ਇਸ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਐਟਲੀਸਟ ਜਿਹੜੇ 7 ਡੇਜ਼ ਨੇ ਉਹਦੇ ਵਿੱਚ ਜਿੰਨੀ ਵੀ ਵਰਾਇਟੀ ਹੈ ਅਸੀਂ ਆਪਣੀ ਦੁਕਾਨ ਦੇ ਵਿੱਚੋਂ ਕਾਫੀ ਸਮਾਨ ਜਿਹੜਾ ਕਿ ਰੈਗੂਲਰ ਵਿਕਣ ਵਾਲਾ ਉਹਨੂੰ ਅਸੀਂ ਕੁਝ ਦਿਨਾਂ ਵਾਸਤੇ ਹਟਾ ਦਿੰਦੇ ਹਾਂ, ਸੋ ਦੈਟ ਜਿੰਨਾ ਵੀ ਵਰਾਇਟੀ ਹੈ ਨਾ ਉਹ ਵੈਲੈਂਟਾਈਨ ਨਾਲ ਰਿਲੇਟਡ ਹੀ ਕਸਟਮਰ ਨੂੰ ਮਿਲੇ। ਸੋ ਮੈਂ ਅੱਜ ਦੇਖਣ ਆਈ ਹਾਂ, ਬਹੁਤ ਸੋਹਣੇ ਸੋਹਣੇ ਟੈਡੀ ਲੱਗੇ ਹੋਏ ਨੇ ਇੱਥੇ, ਅਤੇ ਅੱਜ ਮੈਂ ਦੇਖਦੀ ਹਾਂ ਕਿ ਚੋਇਸ ਕਰ ਰਹੀ ਹਾਂ ਕਿ ਕਿਹੜਾ ਟੈਡੀ ਦੇਵਾਂ। ਤੁਸੀਂ ਆਪਣੇ ਪੇਰੈਂਟਸ ਨਾਲ ਇਸ ਵੀਕ ਨੂੰ ਮਨਾ ਰਹੇ ਹੋ? ਹਾਂਜੀ। ਕਿਸ ਤਰ੍ਹਾਂ ਦੀ ਖੁਸ਼ੀ ਆਉਂਦੀ ਜਦੋਂ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਮਨਾਉਂਦੇ ਹੋ, ਉਹਨਾਂ ਨੂੰ ਜਦੋਂ ਗਿਫਟ ਕਰਦੇ ਹੋ, ਉਹਨਾਂ ਦੇ ਚਿਹਰੇ 'ਤੇ ਸਮਾਈਲ ਦੇਖਣ ਕਿਸ ਤਰ੍ਹਾਂ ਦੀ ਮਿਲਦੀ ਹੈ? ਬਹੁਤ ਪਿਆਰੀ ਸਮਾਈਲ ਹੁੰਦੀ ਹੈ ਜਦੋਂ ਮੈਂ ਉਹਨਾਂ ਨੂੰ ਗਿਫਟ ਦਿੰਦੀ ਹਾਂ, ਕੋਈ ਵੀ ਚੀਜ਼ ਹੋਵੇ ਬਹੁਤ ਮਤਲਬ ਖੁਸ਼ ਹੋ ਜਾਂਦੇ, ਹੈਪੀ ਹੋ ਜਾਂਦੇ ਆ, ਮੈਨੂੰ ਵਧੀਆ ਲੱਗਦਾ ਹੈ ਕਿ ਉਹਨਾਂ ਨੂੰ ਮੈਂ ਹੈਪੀ ਦੇਖਣਾ ਚਾਹੁੰਦੀ ਹਾਂ, ਸੋ ਇਸ ਕਰਕੇ ਮੈਂ ਅੱਜ ਕਿਊਟ ਜਿਹਾ ਟੈਡੀ ਲੈਣ ਆਈ ਉਹਨਾਂ ਲਈ। ਜੋ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਹਫ਼ਤਾ ਪਹਿਲਾਂ ਹੀ ਜੋ ਪ੍ਰੇਮੀ ਜੋੜੇ ਨੇ, ਚਾਹੇ ਉਹ ਬੱਚੇ ਨੇ ਚਾਹੇ ਉਹ ਸਿਆਣੇ ਨੇ, ਹਰ ਵਰਗ ਦਾ ਜੋ ਵਿਅਕਤੀ ਆ, ਬੱਚਾ ਨੌਜਵਾਨ ਹੈ, ਉਹ ਆਪਣੇ ਆਪਣੇ ਢੰਗ ਦੇ ਨਾਲ ਇਸ ਦਿਨ ਨੂੰ ਮਨਾਉਂਦਾ ਔਰ ਇੱਕ ਉਤਸੁਕਤਾ ਰਹਿੰਦੀ ਹੈ ਕਿ ਮੈਂ ਆਪਣੇ ਚਾਹਵਾਨ ਵਾਲੇ ਨੂੰ ਇਹ ਚੀਜ਼ ਗਿਫਟ ਕਰਨੀ ਜਿਸ ਨਾਲ ਕਿ ਉਹ ਖੁਸ਼ ਹੋਵੇ ਅਤੇ ਇਸ ਦਿਨ ਨੂੰ ਯਾਦਗਾਰ ਬਣਾਵੇ। ਔਰ ਤੁਸੀਂ ਇੱਕ ਵਾਰ ਫਿਰ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਚਾਹੇ ਥੱਲੇ ਪਏ ਰੋਜ਼ਿਸ ਨੇ, ਚਾਹੇ ਇੱਧਰ ਗਿਫਟ ਆਈਟਮਸ ਪਈਆਂ ਨੇ, ਚਾਹੇ ਫੋਟੋ ਫਰੇਮਸ ਪਏ ਨੇ, ਹਰ ਚੀਜ਼ ਆਪਣੇ ਆਪ ਦੇ ਵਿੱਚ ਇੱਕ ਅਲੱਗ ਝਲਕ ਲੈ ਕੇ ਬੈਠੀ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣੀ ਹੋਈ ਹੈ, ਜਿਸ ਨੂੰ ਲੈ ਕੇ ਕਿ ਵੈਲੈਂਟਾਈਨ ਡੇ ਨੂੰ ਖਾਸ ਯਾਦਗਾਰ ਬਣਾਉਣ ਦੇ ਲਈ ਹਰ ਵਰਗ ਦੇ ਜੋ ਪ੍ਰੇਮੀ ਜੋੜੇ ਨੇ ਉਹ ਇੱਥੇ ਆਉਂਦੇ ਨੇ, ਖਰੀਦਦਾਰੀ ਕਰਦੇ ਨੇ ਔਰ ਹਰ ਸਾਲ ਹੀ ਇਸ ਦਿਨ ਨੂੰ ਲੈ ਕੇ ਜੋ ਵੱਖ ਵੱਖ ਰੌਣਕਾਂ ਨੇ ਉਹ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਤਾਂ ਸਾਡੀ ਇਹ ਕੋਸ਼ਿਸ਼ ਸੀ ਕਿ ਜੋ ਇਸ ਵਾਰ ਪ੍ਰੇਮੀ ਜੋੜੇ ਆਪਣੇ ਇਸ ਖਾਸ ਦਿਨ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਨੇ ਅਤੇ ਉਹ ਮਾਰਕੀਟ ਦੇ ਵਿੱਚ ਆ ਕੇ ਇਹਨਾਂ ਖਾਸ ਚੀਜ਼ਾਂ ਦੀ ਖਰੀਦਦਾਰੀ ਕਰਨ ਕਿ ਤਾਂ ਜੋ ਉਹਨਾਂ ਦਾ ਇਹ ਵੈਲੈਂਟਾਈਨ ਡੇ ਦਾ ਜੋ 2024 ਦਾ ਦਿਹਾੜਾ ਵਿੱਚ ਯਾਦਗਾਰ ਬਣੇ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18, ਪੰਜਾਬ।